अली शेर ते एक उन्होंने बिलादरी का मुंडा चिराग का नाम से ओ ते एक उन्होंने चाचा से रमजान ये तीन बंदे अल्लाह जाने किस तरह भजे है ते ना फसल सी खरे कपास सी के कमा सी ओदे विच मर गए उधरों अच्छा। वड़ांगा पिया सी ओना सिखां नूं भी अल्लाह जाने ना पता लगे ओ तीन बंदे निकले सी बाकी सारे मारे गए बुढ़िया सी बस रह गई और किन्ने क बंदे मारे गए उत्थे ਉਹਨਾਂ ਦੇ ਵਾਹ ਵਾਹ ਬਲਾਦਰੀ ਦੇ ਕੋਈ ਹੈਗਾ ਸੀ 20-35 ਬੰਦੇ ਜਿਹੜੇ ਮਾਰੇ ਗਏ ਹਾਂ ਬਾਕੀ ਹੋਰ ਕਾਫਲਾ ਸਾਰਾ ਮਾਰਿਆ ਗਿਆ ਹਾਂ ਬਾਕੀ ਦੂਜਾ ਕਾਫਲਾ ਸਾਰਾ ਮਾਰਿਆ ਗਿਆ 12 ਕਵਾਂ ਚ ਸੀ ਆ ਜਦੋਂ ਅਸੀਂ ਉਸ ਪਿੰਡ ਵੜ ਚੱਲੇ ਆ ਥੋੜਾ ਹੀ ਰਹਿ ਗਿਆ ਕਮੀਲ ਕੀ ਉਦੋਂ ਗੁਲਾਮ ਰਸੂਲ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ ਪੁਲਿਸ ਵਾਲਿਆਂ ਜਿੰਨਾ ਜਿਸ ਥਾਣੇ ਵਿੱਚ ਲੱਗਾ ਸੀ ਉਸ ਥਾਣੇ ਵਾਲਿਆਂ ਨੇ ਅੱਛਾ ਉਹ ਫਿਰ ਮੁੰਡੇ ਜਿਹੜੇ ਕੋਲ ਖੜੇ ਸੀ ਉਹ ਬੰਦੂਕ ਚੁੱਕ ਲਿਆ ਉਹਨੂੰ ਵਿਚਾਰੇ ਨੇ ਚੁੱਕਿਆ ਨਾ ਉਹਨਾਂ ਨੇ ਫਿਰ ਮਾਰ ਮਾਰ ਕੇ ਨਾ ਜਦੋਂ ਲੈਣ ਜਾਂਦੇ ਸੀ ਲਾਸ਼ ਦੇ ਦਿੰਦੇ ਨਹੀਂ ਸੀ ਉਹ ਮਾਰ ਮਾਰ ਕੇ ਤੇ ਉਹਨਾਂ ਨੇ ਬਹੁਤ ਹਾਲਤ ਦੇ ਖਰਾਬ ਕੀਤੀ ਗੁਲਾਮ ਰਸੂਲ ਦੀ ਮਾਂ ਸੀ ਮੇਰੇ ਕੱਚਿਆ ਮੱਖਣਾ ਦਾ ਪਾਲਿਆ ਬੇਟਾ ਮੈਂ ਤੈਨੂੰ ਕਿੱਥੋਂ ਲੱਭਾਂ ਪੁੱਤਰ ਬਸ ਮੈਂ ਰੋਂਦੀ ਗੱਲਾਂ ਦੀ ਸੀ ਗੁਲਾਮ ਰਸੂਲ ਨੇ ਇੱਕ ਤੁਹਾਡੇ ਪੂਰੇ ਕਾਫਲੇ ਨੂੰ ਬਚਾ ਕੇ ਰੱਖਿਆ ਹਾਂ ਕਾਫਲੇ ਨੂੰ ਬਚਾ ਕੇ ਰੱਖਿਆ ਉਸਨੇ ਗੋਲੀ ਤਾਂ ਬਹੁਤ ਚੱਲੀ ਹੈ ਕਿ ਮੀਂਹ ਵਾਂਗੂ ਵਰੀ ਤਿੰਨ ਦਿਨ ਤੁਹਾਡੇ ਪਿੰਡ ਤੇ ਕਾਫਲੇ ਤੇ ਅੱਛਾ ਔਰਤਾਂ ਜਿਹੜੀਆਂ ਸੀ ਇੱਕ ਹਵੇਲੀ ਸੀ ਉਹਦੇ ਵਿੱਚ ਸੀ ਅੱਛਾ ਤੇ ਬੰਦੇ ਸਾਰੇ ਬਾਹਰ ਮੋਰਚੇ ਤੇ ਸੀ ਸਿੱਖ ਨੇ ਨਾ ਮੈਂ ਉਹਨੂੰ ਆਖਿਆ ਵੀ ਚਾਚਾ ਪਟਵਾਰੀ ਤਾਂ ਮਾਰਦਾ ਹੈ ਤੇ ਮੈਂ ਭੱਜੇ ਆਈ ਹੈ ਉਹਨੇ ਆਪਣਾ ਸਿਰੋਂ ਸਾਫਾ ਲਾ ਕੇ ਮੈਨੂੰ ਦਿੱਤਾ ਮੈਂ ਸਿਰ ਤੇ ਲੈ ਕੇ ਮੈਨੂੰ ਘਰ ਲੈ ਗਿਆ ਉਹਨੇ ਆਖਿਆ ਤੂੰ ਮੇਰੀ ਬੇਟੀ ਹੈ ਜਦੋਂ ਠੰਡ ਛਵਾਰਾ ਪਏਦਾ ਉਦੋਂ ਮੈਂ ਤੈਨੂੰ ਕੱਲਾਂਗਾ ਉਹ ਸਰਦਾਰ ਨੇ ਕਿਹਾ ਹਾਂ ਕੀ ਨਾਮ ਸੀ ਮਾਂ ਜੀ ਸਰਦਾਰ ਦਾ ਉਹਦੇ ਕਿ ਮੇਵਾ ਸਿਉਂ ਕਿ ਇਹ ਨਾਮ ਸੀ ਇਹਨਾਂ ਦੇ ਜਿਹੜੇ ਉਹ ਪੱਕ ਮੁਸਲਮਾਨ ਕੁੜੀਆਂ ਨੂੰ ਛੱਡ ਕੇ ਗਏ ਹਾਂ ਜਿਹੜੇ ਲੈ ਕੇ ਆਏ ਵਾਪਸ ਕੁੜੀਆਂ ਨੂੰ ਉੱਥੋਂ ਦੇ ਬਹੁਤ ਵਧੀਆ ਬੰਦੇ ਜੇ ਦੇਖੋ ਉਹਨਾਂ ਨੇ ਉਸ ਵੇਲੇ ਹੈਲਪ ਕੀਤੀ ਹਾਂ ਬੰਦੇ ਚੰਗੇ ਉਹ ਸਰਦਾਰ ਸੀ ਬਾਰਾਂ ਕਵਾਂ ਦੇ ਵਿੱਚ ਕਾਫਲਾ ਸੀ ਤੇ ਉੱਥੇ ਇੱਕ ਬੰਦਾ ਨਹੀਂ ਨਿਕਲਿਆ ਉਹ ਸਾਰਾ ਸ਼ਹੀਦ ਕਰਤੇ ਉਹਨਾਂ ਨੇ ਤੁਹਾਡੀ ਮਾਸੀ ਵੀ ਨਾਲ ਸ਼ਹੀਦ ਹੋ ਗਈ ਮੇਰੀ ਖਾਲਾ ਉਹ ਬੁੜੀਆਂ ਬਚ ਗਈਆਂ ਬੰਦੇ ਸਭ ਸ਼ਹੀਦ ਕਰਤੇ ਲੜਕੀਆਂ ਜਿਹੜੀਆਂ ਅਸੀਂ ਲੈ ਗਏ ਸੀ ਅੱਛਾ ਉਹ ਫਿਰ ਲੜਕੀਆਂ ਜਦੋਂ ਫਿਰ ਵਾਪਸ ਪਿੰਡ ਗਈਆਂ ਨਾ ਰੋਂਦੀਆਂ ਪਿੜ ਦੀਆਂ ਉਦੋਂ ਫਿਰ ਉਹ ਸਿੱਖ ਜਿਹੜੇ ਸੀ ਉੱਥੋਂ ਦੇ ਉਹ ਆਪਣੇ ਨਾਲ ਮਿਲ ਵਰਤੋਂ ਆਏ ਲੋਕ ਸੀ ਉਹ ਫਿਰ ਲੜਕੀਆਂ ਮੋੜ ਲਿਆਏ ਮੈਨੇ ਦੂਸਰੇ ਦੇਣੇ ਉਹ ਛੱਡ ਕੇ ਗਏ ਸੀ ਹਾਂ ਤੇ ਨਾਲ ਦੇ ਪਿੰਡ ਆਏ ਉੱਥੇ ਘੇਰਾ ਪਿਆ ਰਿਹਾ ਤਿੰਨ ਦਿਨ ਉੱਥੇ ਦੋ ਬੰਦੇ ਸਾਡੇ ਖਰੇ ਪਤਾ ਨੀ ਕਿਸ ਤਰ੍ਹਾਂ ਨਿਕਲੇ ਗੋਈ ਦਿਨ ਰਾਤ ਚੱਲਦੀ ਸੀ ਅੱਛਾ ਤੇ ਉਹ ਫਿਰ ਮਿਲਟਰੀ ਲੈ ਕੇ ਆਏ ਕਸੂਰੋਂ ਪਾਕਿਸਤਾਨ ਦੀ ਮਾਂ ਜੀ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਬਾਰੇ ਵੀ ਥੋੜਾ ਬਹੁਤਾ ਪਤਾ ਕਿੱਡਾ ਕੁ ਪਿੰਡ ਸੀ ਮੁਦਕੀ ਜਿਹੜਾ ਸੀ ਬਹੁਤ ਵੱਡਾ ਪਿੰਡ ਸੀ ਆਪਣਾ ਅੰਗਰੇਜ਼ ਦੇ ਮੌਕੇ ਦਾ ਅੱਛਾ ਉੱਥੇ ਲੜਾਈ ਜਦੋਂ ਕਿਤੇ ਹੋਈ ਅੰਗਰੇਜ਼ਾਂ ਦੀ ਨਾ ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਸੀ ਅਸੀਂ ਵੇਖੀਆਂ ਅੱਛਾ 9 ਵਜੇ ਤੇ ਕੁੱਟੀ ਬਣੀ ਸੀ ਉਹਦੇ ਵਿੱਚ ਅੰਗਰੇਜ਼ਾਂ ਦੀਆਂ ਕਬਰਾਂ ਸੀ ਵੇਖੀਆਂ ਉਹਨਾਂ ਦੀ ਕੋਈ ਸਰਦਾਰਾਂ ਦੀ ਕੋਈ ਤੁਹਾਡੀ ਉਮਰ ਦੀ ਕੋਈ ਸਹੇਲੀ ਹੋਵੇ ਛੋਟੀ ਹਾਂ ਇਹ ਸਹੇਲੀ ਹੈ ਸੀ ਮੇਰੀ ਉਮਰ ਦੀ ਉਹਨਾਂ ਦੀ ਕੁੜੀ ਨੂੰ ਬੀਬੀ ਅਸਵਾਦੀਆਂ ਦੀਆਂ ਸੀ ਬੀਬੀ ਉਹਦਾ ਨਾਮ ਸੀ ਅੱਛਾ ਇਕੱਠੀਆਂ ਖੇਡਦੀਆਂ ਰਹੀਆਂ ਹਾਂ ਖੇਡਦੀਆਂ ਰਹੀਆਂ ਉਹਨਾਂ ਦੀ ਮਾਂ ਦਾ ਨਾਂ ਹਰਕੌਰ ਸੀ ਉਹਨਾਂ ਵੱਡਿਆਂ ਦਾ ਨਾਂ ਸੀ ਬਾਬਾ ਰਾਲਾ ਅੱਛਾ ਤੇ ਜਿਹੜਾ ਉਹਦਾ ਬੇਟਾ ਸੀ ਉਹਦਾ ਨਾਂ ਸੀ ਗੁਰਮਹ ਅੱਛਾ ਤੇ ਗੁਰਮਹ ਦੇ ਅੱਗੋਂ ਪੁੱਤਰ ਸੀ ਇੱਕ ਸਦਾਗਰ ਇੱਕ ਬਹਾਦਰ ਇੱਕ ਨਾਜਰ ਇੱਕ ਜਾਗਰ ਇੱਕ ਜਹਾਂਗੀਰ ਇਹ ਮੈਨੂੰ ਇਹਨਾਂ ਕੋ ਪਤਾ ਹੈ ਇਹਨਾਂ ਤੁਹਾਨੂੰ ਯਾਦ ਹੈ
जी बिस्मिल्लाह रहमान रहीम, अस्सलाम वालेकुम, सत श्री अकाल दोस्तों, मैं यासर मलक ते हाज़र होए हां पिंड बडोटे वाली तहसील शाहकोट दे जिला ननकाणा साहब दे वसे पिंड च। ते असी मां जी कोलों सुणांगे इन्हां दा नाम मां जी बशीरा बीबी 47 दी वंड दी कहानी। ते मां जी दी बड़ी दुख भरी कहानी आ ते सुणियो, और इहदे विच बहुत सारियां गल्लां, बहुत सारी जिहड़ी तारीख इस कहानी दे विच समेटी है। आओ फिर माँ जी ने गलबात करते हैं और इन्हों को 47 की कहानी सुनते हैं। अस्सलाम वालेकुम माँ जी। हाँ अस्सलाम वालेकुम। वालेकुम सलाम। सकी हाल चाल माँ जी, ठीक हो? शुक्र अल्लाह दा, अल्हम्दुलिल्लाह बेटा। से ठीक ताड़ी? हाँ से ठीक है। की नाम की माँ जी ताड़ा? मेरा नाम बशीरा बीबी। ताड़े वाल साहब दा नाम? करमलाई। करमलाई ते दादा जी दा नाम? दादा जी दा नाम अब्दुल्ला। अब्दुल्ला माँ जी, तुसी बैठे हैं पिंड बनोटे वाली तहसील शाहकोट ते जिला ननकाणा साहब। हाँ हाँ जी। ते जदो पाकिस्तान बणया केड़े पिंडों आए सी? उदो असीं मुदकियों आए, फिरोजपुर दा जिला। अच्छा, पिंड मुदकी। पिंड मुदकी। ते मुदकी पिंड जिहड़ा वा, तहसील केड़ी ते जिला केड़ा सी? फिरोजपुर जिला। हाँ ते तहसील भी खरे फिरोजपुर ही सी। मुदकी दे लागे लागे दो तीन पिंड दसो केड़े केड़े सी? फरीदकोट सी ते मोगा तलवंडी। अच्छा, ये सी। अच्छा, ਉਹ ਸ਼ਹਿਰ ਤਾਂ ਬਥੇਰੇ ਸੀ ਪਰ ਦੂਰ ਦੂਰ ਸੀ। ਕੀ ਨਾਂ ਸ਼ਹਿਰ ਕਿਹੜੇ ਕਿਹੜੇ ਸੀ ਤੁਹਾਡੇ ਲਾਗੇ? ਸ਼ਹਿਰ ਮਕੂ, ਜੀਰਾ, ਫਿਰ ਆਪਣਾ ਫਿਰੋਜ਼ਪੁਰ, ਮੋਗਾ, ਲਹਿੰਦੀਆਂ ਚੜ੍ਹਦੀਆਂ ਤਲਵੰਡੀਆਂ, ਇੱਕ ਇਕੱਲੀ ਤਲਵੰਡੀ, ਤੇ ਆਪਣਾ ਫਰੀਦਕੋਟ, ਇਹ ਇਹਨਾਂ ਸ਼ਹਿਰਾਂ ਦਾ ਮੈਨੂੰ ਪਤਾ ਹੈ। ਇਹ ਕਿੰਨੀ ਉਮਰ ਸੀ ਮਾਂ ਜੀ ਦਾ ਪਾਕਿਸਤਾਨ ਬਣਿਆ ਤੁਹਾਡੀ? ਮੈਂ ਹਾਂ ਮੈਂ 10 ਸਾਲ ਦੀ ਹੋਂਦੀ। 10 ਸਾਲ ਦੀ ਸੀ? ਹਾਂ। ਅੱਛਾ, ਇਹ ਮਾਂ ਜੀ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਬਾਰੇ ਵੀ ਥੋੜਾ ਬਹੁਤਾ ਪਤਾ, ਕਿੱਡਾ ਕੁ ਪਿੰਡ ਸੀ ਮੁਦਕੀ ਜਿਹੜਾ ਸੀ? ਬਹੁਤ ਵੱਡਾ ਪਿੰਡ ਸੀ ਆਪਣਾ ਅੰਗਰੇਜ਼ ਦੇ ਮੌਕੇ ਦਾ। ਅੱਛਾ, ਉੱਥੇ ਲੜਾਈ ਜਦੋਂ ਕਿਤੇ ਹੋਈ ਅੰਗਰੇਜ਼ਾਂ ਦੀ ਨਾ, ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਸੀ, ਅਸੀਂ ਵੇਖੀਆਂ। ਅੱਛਾ, 9 ਵਜੇ ਤੇ ਕੁੱਟੀ ਬਣੀ ਸੀ, ਉਹਦੇ ਵਿੱਚ ਅੰਗਰੇਜ਼ਾਂ ਦੀਆਂ ਕਬਰਾਂ ਸੀ ਵੇਖੀਆਂ। ਤੇ ਉਦੋਂ ਪਿੰਡ ਬਹੁਤ ਵੱਡਾ ਸੀ, ਜਾਣੀ ਨਾ ਕਾਫੀ ਵੱਡਾ ਸੀ, ਤੇ ਸ਼ਹਿਰ ਵੀ ਸੀ ਤੇ ਪਿੰਡ ਵੀ ਸੀ। ਦੁਕਾਨ ਬਣਾਈ ਸੀ, ਇਹਨਾਂ ਕੰਮ ਕਰਦੇ ਸੀ। ਸਿੱਖਾਂ ਦੇ ਘਰ ਵੀ ਆਏ ਸੀ ਤੁਹਾਡੇ ਪਿੰਡ ਮੁਦਕੀ ਚ? ਸਿੱਖਾਂ ਦੇ ਘਰ ਕਾਫੀ ਦੂਰ ਸੀ, ਜਿਵੇਂ ਇੱਥੋਂ ਜਾਣੀ ਪੱਥਰਾਈ ਕਰ ਲੋ ਜਾਂ ਕੜਕਣ ਕਰ ਲੋ, ਏਡਾ ਵੱਡਾ ਪਿੰਡ ਸੀ। ਪੁੱਤਰ ਸੀ ਇੱਕ ਸੁਦਾਗਰ, ਇੱਕ ਬਹਾਦਰ, ਇੱਕ ਨਾਜਰ, ਇੱਕ ਜਾਗਰ, ਇੱਕ ਜਹਾਂਗੀਰ, ਇਹ ਮੈਨੂੰ ਇੰਨਾ ਕੁ ਪਤਾ। ਕੁਰਬਾਨੀ ਦਾ ਗੋਸ਼ਤ ਵੀ ਲੈ ਲੈਣਾ ਉਹਨਾਂ ਨੇ, ਤੇ ਘਿਓ ਕੱਪਾ ਲੈ ਜਾਂਦੀ, ਆਟਾ ਦਾਣਾ ਵੀ ਲੈ ਜਾਂਦੇ, ਕੁਛ ਮਾੜੇ ਜਿਹੇ ਸੀ ਉਹ, ਤੇ ਉਹ ਸਾਡੇ ਘਰਾਂ ਤੋਂ ਲੈ ਕੇ ਖਾ ਪੀ ਲੈਂਦੇ ਹੁੰਦੇ ਸੀ। ਤਾਂ ਸੀ ਬਹੁਤ ਵੱਡੀ ਬਣਾਈ ਹੋਈ, ਉਹਦੇ ਵਿੱਚ ਮੁਸਾਫਰ ਰਹਿੰਦੇ ਸੀ ਆਉਂਦੇ ਜਾਂਦੇ, ਤੇ ਨਾਲ ਵੱਡਾ ਖੂਹ ਸੀ, ਉੱਥੇ ਪਾਣੀ ਮਾਛੀ ਭਰਦੇ ਸੀ, ਤੇ ਉਹ ਸਾਡੇ ਘਰਾਂ ਵਿੱਚ ਪਾ ਕੇ ਜਾਂਦੇ ਸੀ ਮਛਕ ਨਾਲ। ਇਹ ਮਾਂ ਜੀ ਜਦੋਂ ਪਾਕਿਸਤਾਨ ਬਣਿਆ, ਹਾਂਜੀ, ਕੀ ਹੋਇਆ, ਕਿਵੇਂ ਪਤਾ ਚੱਲ ਗਿਆ ਪਾਕਿਸਤਾਨ ਬਣਿਆ, ਹੁਣ ਜਾਣਾ ਪੈਣਾ, ਉਹ ਗੱਲ ਸੁਣਾਓ। ਪਾਕਿਸਤਾਨ ਦਾ ਬੇਟਾ ਇੰਨਾ ਕਿ ਮੈਨੂੰ ਪਤਾ ਵੀ ਹਿੰਦੁਸਤਾਨ ਪਾਕਿਸਤਾਨ ਬਣਿਆ, ਤੇ ਅਸੀਂ ਰਾਤ ਉੱਠੇ ਹਾਂ ਤੇ ਨਾਲ ਦੇ ਪਿੰਡ ਆਏ, ਉੱਥੇ ਘੇਰਾ ਪਿਆ ਰਿਹਾ 3 ਦਿਨ, ਉੱਥੇ 2 ਬੰਦੇ ਸਾਡੇ ਖਰੇ ਪਤਾ ਨੀ ਕਿਸ ਤਰ੍ਹਾਂ ਨਿਕਲੇ, ਗੋਈ ਦਿਨ ਰਾਤ ਚੱਲਦੀ ਸੀ। ਅੱਛਾ, ਤੇ ਉਹ ਫਿਰ ਮਿਲਟਰੀ ਲੈ ਕੇ ਆਏ ਕਸੂਰੋਂ ਪਾਕਿਸਤਾਨ ਦੀ, ਉਹ ਫਿਰ ਸਾਨੂੰ ਉੱਥੋਂ ਕੱਢ ਕੇ ਗਈ, ਤੇ ਫਿਰ ਅਸੀਂ ਆਸਤਾ ਆਸਤਾ ਫਿਰ ਸਾਨੂੰ ਉਹਨਾਂ ਨੇ ਪਾਕਿਸਤਾਨ ਵਿੱਚ ਵਾੜ ਦਿੱਤਾ, ਕਸੂਰ ਆ ਗਏ। ਉਦੋਂ ਫਿਰ ਉਹਨਾਂ ਨੇ ਅੱਖ ਵੀ ਲਾਏ, ਤਾਲੇ ਖੋਲਦੇ ਜਾਓ ਤੇ ਵਾੜਦੇ ਜਾਓ। ਨਹੀਂ ਉਹ ਫਿਰ ਪੂਰੀ ਮੈਨੂੰ ਕਹਾਣੀ ਸੁਣਾਉਣੀ ਹੈ ਮਾਂ ਜੀ, ਜਦੋਂ ਤੁਹਾਡੇ ਤੇ ਪਿੰਡ ਤੇ ਹੱਲਾ ਪਿਆ, ਹਮਲਾ ਹੋਇਆ, ਹਾਂ, ਤੁਸੀਂ ਘਰੋਂ ਕਿਵੇਂ ਨਿਕਲੇ, ਉਹ ਗੱਲ ਸੁਣਾਓ, ਕੀ ਹੋਇਆ ਸੀ ਸਭ ਤੋਂ ਪਹਿਲਾਂ, ਕੀ ਹੋਇਆ ਤੁਹਾਡੇ ਤੁਹਾਡੇ ਵਾਲਦ ਨੇ ਦੱਸਿਆ ਕਿ ਪਾਕਿਸਤਾਨ ਬਣ ਗਿਆ, ਚਲੀਏ, ਜੇ ਕੀ ਹੋਇਆ ਸੀ?
ਉਦੋਂ ਨਾ ਆਪਣਾ ਰਾਜੇ ਦੀ ਗੱਡੀ ਆਈ ਤੇ ਉਹ ਉਹਨਾਂ ਨੂੰ ਥੋੜਾ ਜਿਹਾ ਇੰਨਾ ਕੁ ਡਰ ਸੀ ਕਿ ਇਹਨਾਂ ਲੋਕਾਂ ਕੋਲ ਮੁਸਲਮਾਨਾਂ ਕੋਲ ਗੰਜ ਮਸ਼ੀਨ ਹੈ ਤੇ ਹੈ ਕੁਛ ਨੀ ਸੀ ਕੋਲੇ ਤੇ ਉਹ ਫਿਰ ਇੰਨੇ ਡਰ ਨਾਲ ਨਾ ਦੂਰ ਨਿਕਲ ਜਾਂਦੇ ਸੀ ਅਸੀਂ ਫਿਰ ਉਦੋਂ ਰਾਤੇ ਰਾਤ ਫਿਰ ਉੱਠ ਬੈਠੇ ਹਾਂ ਫਿਰ ਸਾਡੇ ਮਗਰ ਨਾ ਦਿਨ ਚੜਿਆ ਤੇ ਫਿਰ ਸਿੱਖ ਲੱਗੇ ਆ ਕਦੇ ਅੱਗੋਂ ਪੈ ਗਏ ਕਦੇ ਪਿੱਛੋਂ ਪੈ ਗਏ ਤੇ ਗੁਲਾਮ ਰਸੂਲ ਜਿਹੜਾ ਸੀ ਨਾ ਸਾਡਾ ਮੁੰਡਾ ਉਹ ਸੀ ਪੁਲਿਸ ਵਿੱਚ ਲੱਗਾ ਤੇ ਉਹ ਅੱਗੇ ਪਿੱਛੇ ਫਿਰ ਬੰਦੂਕ ਉਹਦੇ ਕੋਲ ਸੀ ਉਸ ਦੂਜਿਆਂ ਕੋਲ ਸੇਲੇ ਵਰਸੇ ਸੀ ਡਾਂਗਾ ਛੋਟੇ ਇੱਕ ਉਹਦੇ ਕੋਲ ਬੰਦੂਕ ਸੀ ਗੁਲਾਮ ਰਸੂਲ ਦਾ ਨਾਂ ਸੀ ਅੱਗੋਂ ਪਾ ਜਾਣੇ ਗੁਲਾਮ ਰਸੂਲ ਆਈ ਪਿੱਛੋਂ ਪਾ ਜਾਣੇ ਗੁਲਾਮ ਰਸੂਲ ਆਈ ਉਹ ਜਦੋਂ ਅਸੀਂ ਉਸ ਪਿੰਡ ਵੜ ਚੱਲੇ ਹਾਂ ਥੋੜ੍ਹਾ ਹੀ ਰਹਿ ਗਿਆ ਕਮੀਲ ਕੀ ਉਦੋਂ ਗੁਲਾਮ ਰਸੂਲ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ ਪੁਲਿਸ ਵਾਲਿਆਂ ਜਿੰਨਾ ਜਿਸ ਥਾਣੇ ਵਿੱਚ ਲੱਗਾ ਸੀ ਉਸ ਥਾਣੇ ਵਾਲਿਆਂ ਨੇ ਉਹ ਫਿਰ ਮੁੰਡੇ ਜਿਹੜੇ ਕੋਲ ਖੜੇ ਸੀ ਉਹ ਬੰਦੂਕ ਚੁੱਕ ਲਿਆ ਉਹਨੂੰ ਵਿਚਾਰੇ ਨੇ ਚੁੱਕਿਆ ਨਾ ਉਹਨਾਂ ਨੇ ਫਿਰ ਮਾਰ ਮਾਰ ਕੇ ਨਾ ਜਦੋਂ ਲੈਣ ਜਾਂਦੇ ਸੀ ਲਾਸ਼ ਦੇ ਦਿੰਦੇ ਨਹੀਂ ਸੀ ਉਹ ਮਾਰ ਮਾਰ ਕੇ ਤੇ ਉਹਨਾਂ ਨੇ ਬਹੁਤ ਹਾਲਤ ਦੇ ਖਰਾਬ ਕੀਤੀ ਵੱਡਾ ਘਰ ਵੱਜਦਾ ਉਹਨਾਂ ਨਾਲ ਰਲ ਗਏ ਉਹ 12 ਕਿਲੋਮੀਟਰ ਦੇ ਵਿੱਚ ਕਾਫਲਾ ਸੀ ਤੇ ਉੱਥੇ ਇੱਕ ਬੰਦਾ ਨੀ ਨਿਕਲਿਆ ਉਹ ਸਾਰਾ ਸ਼ਹੀਦ ਕਰਤੇ ਉਹਨਾਂ ਨੇ ਤੁਹਾਡੀ ਮਾਸੀ ਵੀ ਨਾਲ ਸ਼ਹੀਦ ਹੋ ਗਈ ਮੇਰੀ ਖਾਲਾ ਉਹ ਬੁੜੀਆਂ ਬਚ ਗਈਆਂ ਬੰਦੇ ਸਭ ਸ਼ਹੀਦ ਕਰਦੇ ਲੜਕੀਆਂ ਜਿਹੜੀਆਂ ਅਸੀਂ ਲੈ ਗਏ ਸੀ ਅੱਛਾ ਉਹ ਫਿਰ ਲੜਕੀਆਂ ਜਦੋਂ ਫਿਰ ਵਾਪਸ ਪਿੰਡ ਗਈਆਂ ਨਾ ਰੋਂਦੀਆਂ ਪਿੰਡ ਦੀਆਂ ਉਦੋਂ ਫਿਰ ਉਹ ਸਿੱਖ ਜਿਹੜੇ ਸੀ ਉੱਥੋਂ ਦੇ ਉਹ ਆਪਣੇ ਨਾਲ ਮਿਲ ਮਰਤੋਂ ਆਏ ਲੋਕ ਸੀ ਉਹ ਫਿਰ ਲੜਕੀਆਂ ਮੋੜ ਲਿਆਏ ਜਾਣੀ ਦੂਸਰੇ ਦੇਣੇ ਉਹ ਛੱਡ ਕੇ ਗਏ ਸੀ ਹਾਂ ਉਹ ਛੱਡ ਕੇ ਫਿਰ ਉਹਨਾਂ ਨੂੰ ਵੀ ਮਿਲਟਰੀ ਦੀ ਆਈ ਕੱਢ ਕੇ ਅੱਛਾ ਉਹ ਜਿਹੜੀ ਮਾਸੀ ਤੁਹਾਡੀ ਆਈ ਸੀ ਉਹ ਕਿਹੜੇ ਸਿੱਖ ਲੈ ਕੇ ਆਏ ਸੀ ਉਹਨਾਂ ਨੂੰ ਜਿਹੜੇ ਛੱਡਣ ਆਏ ਉਹ ਕਿੱਡਾ ਭਲਾ ਕੀਤਾ ਉਹਨਾਂ ਦਾ ਨਾਂ ਕੀ ਸੀ ਜਿਨ੍ਹਾਂ ਨੇ ਏਡਾ ਚੰਗਾ ਕੰਮ ਕੀਤਾ ਦੇਖ ਮੇਵਾ ਸਿੰਘ ਕੀ ਇਹੋ ਜਿਹਾ ਨਾਂ ਸੀ ਉਹਨਾਂ ਦੇ ਜਿਹੜੇ ਉਹ ਪੱਕ ਮੁਸਲਮਾਨ ਕੁੜੀਆਂ ਨੂੰ ਛੱਡ ਕੇ ਗਏ ਹਾਂ ਜਿਹੜੇ ਲੈ ਕੇ ਆਏ ਵਾਪਸ ਕੁੜੀਆਂ ਨੂੰ ਉੱਥੋਂ ਦੇ ਉਹ ਬਹੁਤ ਵਧੀਆ ਬੰਦੇ ਜੇ ਦੇਖੋ ਉਹਨਾਂ ਨੇ ਉਸ ਵੇਲੇ ਹੈਲਪ ਕੀਤੀ ਹਾਂ ਬੰਦੇ ਚੰਗੇ ਉਹ ਸਰਦਾਰ ਸੀ ਤੁਰਦੇ ਕਰਦੇ ਸੀ ਉਹ ਇੱਕ ਘਰ ਰਹਿ ਪਿਆ ਸੀ ਅੱਛਾ ਮੁਗਲਾਂ ਦਾ ਦੂਜਾ ਸਾਰਾ ਪਿੰਡ ਉੱਠ ਬੈਠਾ ਉਹ ਪਟਵਾਰੀ ਲੱਗਾ ਸੀ ਤੇ ਬਾਬਾ ਹੁਣ ਉਹ ਮਨਾਖਾ ਅੱਖਾਂ ਤੋਂ ਹੋਇਆ ਸੀ ਤੇ ਉਹ ਬੀਵੀ ਇਹਦੀ ਦੁੱਧ ਰਿੜਕ ਜਾਂਦੀ ਤੇ ਚੂੜਾ ਉਹਨਾਂ ਨੇ ਰੱਖਿਆ ਸੀ ਸੀਰੀ ਕੰਮ ਕਰਦਾ ਉਹ ਬੂਹਾ ਦੇ ਕੇ ਬੈਠੀ ਤੇ ਪਿੰਡ ਸਾਰਾ ਖਾਲੀ ਹੋਇਆ ਸੀ ਉਹ ਦੁੱਧ ਰਿੜਕ ਜਾਂਦੀ ਤੇ ਚੂੜੇ ਨੇ ਆ ਕੇ ਧੱਕਾ ਮਾਰਿਆ ਵੀ ਬੂਹਾ ਖੋਲ ਰੱਖੇ ਉਹ ਆਂਦੀ ਚੂੜਾ ਤਾਂ ਬਦਲਿਆ ਉਹ ਵਿਚਾਰੀ ਫਿਰ ਆਂਦੀ ਮੈਂ ਦੁੱਧ ਉੱਥੇ ਛੱਡਿਆ ਤੇ ਮੈਂ ਕੋਠੇ ਕੋਠੇ ਨਾ ਸਿੱਖਾਂ ਦੇ ਘਰ ਜਾਂਦੀ ਰਹੀ ਸਿੱਖਾਂ ਦਾ ਘਰ ਕਾਫੀ ਦੂਰ ਸੀ ਤੇ ਮੈਂ ਉੱਧਰ ਜਾਂਦੀ ਰਹੀ ਸਿਰੋਂ ਨੰਗੀ ਪਟਵਾਰੀ ਨੂੰ ਉਹਨੇ ਮਾਰ ਦਿੱਤਾ ਉਹ ਆਉਂਦੀ ਫਿਰ ਉਹਨੇ ਮੈਨੂੰ ਨਾ ਉਹ ਸਿੱਖ ਨੇ ਨਾ ਮੈਂ ਉਹਨੂੰ ਆਖਿਆ ਵੀ ਚਾਚਾ ਵੀ ਪਟਵਾਰੀ ਤਾਂ ਮਾਰਤਾ ਹੈ ਤੇ ਮੈਂ ਭੱਜੇ ਆਈ ਹੈ ਉਹਨੇ ਆਪਦਾ ਸਿਰੋਂ ਸਾਫਾ ਲਾ ਕੇ ਮੈਨੂੰ ਦਿੱਤਾ ਮੈਂ ਸਿਰ ਤੇ ਲੈ ਕੇ ਮੈਨੂੰ ਘਰ ਲੈ ਗਿਆ ਉਹਨੇ ਆਖਿਆ ਤੂੰ ਮੇਰੀ ਬੇਟੀ ਹੈ ਜਦੋਂ ਠੰਡ ਠਵਾਰਾ ਪਏਦਾ ਉਦੋਂ ਮੈਂ ਤੈਨੂੰ ਕੱਲਾਂਦਾ ਉਹ ਸਰਦਾਰ ਨੇ ਕਿਹਾ ਹਾਂ ਕੀ ਨਾਮ ਸੀ ਮਾਂ ਜੀ ਸਰਦਾਰ ਦਾ ਉਹਦਾ ਨਹੀਂ ਪੁੱਛਣ ਮੈਨੂੰ ਪਤਾ ਉਹ ਤੁਹਾਡੇ ਪਿੰਡ ਦਾ ਹੀ ਸੀਗਾ ਹਾਂ ਸਾਡੇ ਪਿੰਡ ਦਾ ਹੀ ਸੀ ਅੱਛਾ ਉਹਨੇ ਫਿਰ ਮੀਨਾ ਆਪਦੇ ਘਰ ਰੱਖੀ ਉਹ ਆਂਦੀ ਮੈਂ ਉਹਨਾਂ ਦੇ ਬੱਚੇ ਬੁੱਚੇ ਚੱਕਿਆ ਕਰਾਂ ਆਖਾਂ ਮੈਂ ਪੁੱਫੀ ਇਹਨਾਂ ਦੀ ਉਹ ਮੈਨੂੰ ਫਿਰ ਆਂਦਾ ਸਰਦਾਰ ਵੀ ਬੇਟੀ ਬੱਚੇ ਨਹੀਂ ਖੜਾਉਣੇ ਇਹਨਾਂ ਦੇ ਐਵੇਂ ਰੋਟੀ ਖਾ ਇਹਨਾਂ ਕੋਲ ਡੰਡੇ ਨਾਲ ਲੈ ਕੇ ਮੇਰੀਆਂ ਨੋਹਾਂ ਕੋਲੋਂ ਅੱਛਾ ਤੇ ਤੂੰ ਬੱਚੇ ਨਾਲ ਫੜਿਆ ਕਰ ਨਾ ਖੜਾਇਆ ਕਰ ਅੱਛਾ ਫਿਰ ਆਂਦੀ ਜਦੋਂ ਕਦੇ ਵਾਹ ਵਾਹ ਠੰਡ ਠੁੰਡ ਪਈ ਕੋਈ ਹਵਾ ਲੰਗਾਰਾ ਹੋਇਆ ਫਿਰ ਉਹਨਾਂ ਨੇ ਮੈਨੂੰ ਮਿਲਟਰੀ ਨਾਲ ਲਾਇਆ ਫਿਰ ਪਾਕਿਸਤਾਨ ਆ ਗਈ ਪਹੁੰਚ ਗਈ ਆਪਣੇ ਤੁਹਾਡੇ ਤੱਕ ਉਹ ਹਾਂ ਆ ਗਈ ਉਹ ਫਿਰ ਸਾਨੂੰ ਗੱਲਾਂ ਉਹ ਦੱਸ ਦਿੰਦੀ ਸੀ ਨਾ ਅੱਛਾ ਕੀ ਨਾਂ ਕੀ ਸੀ ਮਾਂ ਜੀ ਦਾ ਪਟਵਾਰੀ ਦਾ ਨਾ ਦੀ ਮਾਂ ਆੜੀ ਆਈ ਸੀ ਉਹਦਾ ਨਾਂ ਰਹਿਮਤ ਰਹਿਮਤ ਬੀਬੀ ਰਹਿਮਤ ਬੀਬੀ ਪਟਵਾਰੀ ਦਾ ਕੀ ਨਾਂ ਸੀ ਪਟਵਾਰੀ ਦਾ ਨਾਂ ਮੈਨੂੰ ਖਾਸ ਨਹੀਂ ਪਤਾ ਖਰੇ ਉਹਦਾ ਕੀ ਨਾਂ ਸੀ ਅੱਛਾ ਮਾਂ ਜੀ ਜਦੋਂ ਤੁਹਾਡੇ ਕਾਫਲੇ ਤੇ ਹਮਲਾ ਹੋਇਆ ਹਾਂਜੀ ਕੀ ਹੋਇਆ ਗੋਲੀ ਚੱਲੀ ਕਿੱਦਾਂ ਹੋਈ ਸਾਨੂੰ ਸੁਣਾਓਗਾ ਗੋਲੀ ਤਾਂ ਬਹੁਤ ਚੱਲੀ ਹੈ ਕਿ ਮੀਂਹ ਵਾਂਗੂ ਵਰੀ 3 ਦਿਨ ਤੁਹਾਡੇ ਕਾਫਲੇ ਪਿੰਡ ਤੇ ਕਾਫਲੇ ਤੇ ਅੱਛਾ ਔਰਤਾਂ ਜਿਹੜੀਆਂ ਸੀ ਇੱਕ ਹਵੇਲੀ ਸੀ ਉਹਦੇ ਵਿੱਚ ਸੀ ਅੱਛਾ ਤੇ ਬੰਦੇ ਸਾਰੇ ਬਾਹਰ ਮੋਰਚੇ ਤੇ ਸੀ ਕਿ ਇਹਨਾਂ ਆ ਕੇ ਜਣੀ ਬੰਦਿਆਂ ਦਾ ਨੁਕਸਾਨ ਨਹੀਂ ਹੋਇਆ ਅੱਛਾ ਮੁੰਡਾ ਉਹ ਹੀ ਸ਼ਹੀਦ ਹੋਇਆ ਗੁਲਾਮ ਰਸੂਲ ਤੇ ਫਿਰ ਉਹਨਾਂ ਚਿਰ ਨੂੰ ਮਿਲਟਰੀ ਲੈ ਆਏ ਤੇ ਲੈ ਕੇ ਨਿਕਲ ਪਏ ਫਿਰ ਕੋਈ ਸਿੱਖ ਨਹੀਂ ਅੱਗੋਂ ਪਿਆ ਤੁਹਾਡੇ ਨਾਲ ਹਮਲਾ ਨਹੀਂ ਹੋਇਆ ਹਾਂ ਨਹੀਂ ਫਿਰ ਨਹੀਂ ਹਮਲਾ ਜੀ ਤੁਹਾਡਾ ਮਾਰਿਆ ਤੇ ਨਹੀਂ ਗਿਆ ਰਿਆਤ ਨਹੀਂ ਗਿਆ ਨਹੀਂ ਸਾਡੇ ਮੁੜ ਕੇ ਜੀ ਕੋਈ ਨਹੀਂ ਅੱਲਾ ਦੇ ਖੈਰ ਦਾ ਸ਼ੁਕਰ ਅੱਲਾ ਦਾ ਅੱਛਾ 3 ਦਿਨ ਗੋਲੀ ਚੱਲਦੀ ਰਹੀ ਤੁਹਾਡੇ ਹਾਂ ਤਿੰਨ ਦਿਨ ਰਾਤ ਹਾਂ
बचा करके बूटिया शूटिया दे ओले बह के ते फिर नुकसान तो अल्लाह का शुक्र नहीं होया ते असि तो उत्थे वाणी वाणी हो गए ना ਵਾਣੀ ਵਾਣੀ ਹੋ ਗਏ ਤੇ ਫਿਰ ਉੱਥੋਂ ਘਰ ਪਹੁੰਚੇ ਆ ਤੇ ਉਹਨਾਂ ਚ ਨਵਾਈ ਆ ਕੇ ਗੁਲਾਮ ਰਸੂਲ ਸ਼ਹੀਦ ਹੋ ਗਿਆ ਉਸ ਵਿਚਾਰੇ ਨੂੰ ਤਾਂ ਫਿਰ ਰੋਣਾ ਹੀ ਨਹੀਂ ਮਿਲਿਆ ਬਹੁਤ ਸੋਹਣਾ ਜਵਾਨ ਸੀ 15ਵਾਂ ਦਿਨ ਸ਼ਾਦੀ ਨੂੰ ਸੀ ਉਹਦੀ ਨੂੰ ਦਿਨ ਗੁਲਾਮ ਰਸੂਲ ਦੀ ਨੇ ਵੇਲੋ ਤੁਹਾਨੂੰ ਬਚਾਉਂਦੇ ਵਿਚਾਰਾ ਬਚਾਉਂਦਾ ਬਚਾਉਂਦਾ ਸਾਨੂੰ ਤੇ ਆਪ ਸ਼ਹੀਦ ਹੋ ਗਏ ਅਸੀਂ ਬੜੇ ਆ ਯੂਸਫ ਦੇ ਘਰ ਯੂਸਫ ਸੀ ਮੇਰੀ ਖਾਲਾ ਦਾ ਬੇਟਾ ਅੱਛਾ ਉਹਦੇ ਘਰ ਤੇ ਖਾਲਾ ਅੱਖਾਂ ਤੋਂ ਮਨਾਖੀ ਸੀ ਤੇ ਪੜ੍ਹੀ ਬਹੁਤ ਸੀ ਅੱਛਾ ਉਹ ਕਾਫਲਾ ਸਾਡਾ ਬਹੁਤ ਸਾਰਾ ਉਹਨਾਂ ਦੇ ਘਰ ਸੀ ਵੇੜਾ ਵੱਡਾ ਸਾਰਾ ਉਹਨਾਂ ਸੀਨ ਖੁੱਲਾ ਸੀ ਉੱਥੇ ਫਿਰ ਬੈਠੇ ਬੂਠੇ ਰਹੇ ਕਿਹੜਾ ਪਿੰਡ ਸੀ ਇਹ ਸਜਾਦੀ ਅੱਛਾ ਤੇ ਅੱਗੋਂ ਫਿਰ ਜਦੋਂ ਸਾਡਾ ਖਾਨਦਾਨ ਇੱਕ ਪਾਸੇ ਸੀ ਅਸੀਂ ਇਕੱਲੇ ਉਸ ਘਰ ਸੀ ਅੱਛਾ ਤੇ ਹੋਰ ਲੋਕ ਵਸੀ ਉੱਥੇ ਉਹ ਫਿਰ ਅਸੀਂ ਮੁੜ ਕੇ ਇੱਥੇ ਗਏ ਸ਼ਾਮ ਵੇਲਾ ਜਦੋਂ ਹੋਇਆ ਨਾ ਸ਼ਾਮ ਗਰੂਬ ਉਦੋਂ ਮੇਰਾ ਪਿਓ ਫਿਰ ਮੇਰਾ ਲੈ ਕੇ ਨਾ ਸਾਨੂੰ ਨਿਕਲ ਕੇ ਫਿਰ ਅਸੀਂ ਉਸ ਘਰ ਗਏ ਜਿੱਥੇ ਸਾਡੇ ਸਾਰੇ ਜੀ ਬੈਠੇ ਸੀ ਉੱਥੇ ਫਿਰ ਬਹੁਤ ਪੱਟੀ ਵਿਛੀ ਸੀ ਸਦਮਾ ਬੜਾ ਲੋਕ ਤੇ ਬਹੁਤ ਅਫਸੋਸ ਨਾਲ ਬੈਠੇ ਸੀ ਲੋਕ ਰੋ ਤਾਂ ਸਕੇ ਨਹੀਂ ਉਸਨੂੰ ਤੇ ਬਸ ਗਮ ਦੇ ਵਿੱਚ ਬੈਠੇ ਸਾਰੇ ਗੁਲਾਮ ਰਸੂਲ ਦੀ ਮਾਂ ਸੀ ਮੇਰੇ ਕੱਚਿਆ ਮੱਖਣਾ ਦਾ ਪਾਲਿਆ ਬੇਟਾ ਮੈਂ ਤੈਨੂੰ ਕਿੱਥੋਂ ਲੱਭਾਂ ਪੁੱਤਰ ਉਹ ਬਸ ਮੈਂ ਰੋਂਦੀ ਗੱਲਾਂ ਦੀ ਸੀ ਬਲਾ ਗੁਲਾਮ ਰਸੂਲ ਨੇ ਇੱਕ ਤੁਹਾਡੇ ਪੂਰੇ ਕਾਫਲੇ ਨੂੰ ਬਚਾ ਕੇ ਰੱਖਿਆ ਹਾਂ ਕਾਫਲੇ ਨੂੰ ਬਚਾ ਕੇ ਰੱਖਿਆ ਉਸਨੇ ਕਾਫਲੇ ਵਿੱਚ ਕੋਈ ਜੀ ਨਹੀਂ ਨੁਕਸਾਨ ਹੋਇਆ ਪੈਂਦੇ ਰਹੇ ਸਿੱਖ ਅੱਗੋਂ ਪਿੱਛੋਂ ਪਰ ਉਹਦੇ ਕੋਲ ਬੰਦੂਕ ਸੀ ਅੱਗੇ ਪਿੱਛੇ ਹੋਇਆ ਕਾਫਲਾ ਬਹੁਤ ਵੱਡਾ ਸੀ ਅੱਗੇ ਆ ਗਿਆ ਪਿੱਛੇ ਆ ਗਿਆ ਪਿੰਡ ਬਾਹਰ ਤਾਂ ਸ਼ਹੀਦ ਹੋ ਗਿਆ ਪੈਦਲ ਸੀ ਹੋਰ ਲੋਕਾਂ ਕੋਲ ਗੱਡੇ ਗੁੱਡੇ ਸੀ ਬਸ ਸਮਾਨ ਸਮਾਨ ਦੇ ਕੋਈ ਲੱਦੇ ਲੱਦੇ ਲੋਕਾਂ ਦੇ ਤੇ ਅਸੀਂ ਸਾਰੇ ਪੈਦਲ ਸੀ ਅੱਛਾ ਪਾਕਿਸਤਾਨ ਤੁਸੀਂ ਕਿਧਰੋਂ ਦੀ ਆਏ ਫਿਰ ਕਸੂਰ ਵਾਲ ਦੀ ਆਏ ਸੀ ਹਾਂ ਅਸੀਂ ਉੱਥੋਂ ਨਾ ਫਿਰ ਕਸੂਰ ਆ ਗਏ ਤੇ ਕਸੂਰੋਂ ਫਿਰ ਗੱਡੀ ਤੇ ਚੜੇ ਰੇਲ ਤੇ ਤੇ ਇੱਥੇ ਆ ਤੇਰੇ ਪੱਤੋ ਅੱਛਾ ਪੱਤੋ ਫਿਰ ਇੱਥੇ ਰਾਤ ਰਹੇ ਤੇ ਅੱਗੋਂ ਫਿਰ ਹਜ਼ਰਾ ਪਿੰਡ ਉੱਥੇ ਫਿਰ ਸਾਨੂੰ ਉੱਥੋਂ ਦਾ ਰਹਿਸ਼ ਮਿਲੀ ਸੀ ਅੱਛਾ ਉੱਥੇ ਮਹੀਨਾ ਕਰਾਏ ਉੱਥੋਂ ਫਿਰ ਉੱਠ ਕੇ ਤੇ ਮੁੜ ਕੇ ਤੂੰ ਮੈਂ ਉਹ ਗਾਂਹ ਜਾਂਦੇ ਪਛਾਣ ਜਾਂਦੇ ਅਸੀਂ ਫਿਰ ਇੱਥੇ ਕਈ ਦਿਨ ਨੂੰ ਆ ਗਏ ਕੱਤੀ ਚੱਕ ਫੈਸਲਾਬਾਦ ਜਿਹੜਾ ਮੇਰਾ ਸੀ ਨਾ ਉਹ ਤਾਂ ਪਿੰਡ ਦੇ ਪਹਿਰਾ ਪੰਚਾਇਤ ਨਿਬੇੜਦੇ ਰਹਿੰਦੇ ਨੇ ਅਸੀਂ ਲੋਕਾਂ ਦੀ ਲੜਾਈਆਂ ਫਸਾ ਦੀ ਕੀ ਨਾਂ ਇੱਕ ਤਾਏ ਤੁਹਾਡੇ ਦਾ ਜੋਧੇ ਖਾਂ ਹਾਂਜੀ ਅੱਛਾ ਪਰਿਆ ਪੰਚਾਇਤ ਨਿਬੇੜਦੇ ਸੀ ਹਾਂ ਉਹਨਾਂ ਦੇ ਸਿੱਖ ਵਾਵਾ ਦੋ ਸੀ ਸਰਦਾਰ ਹਾਂ ਤੇ ਚੰਗੇ ਟਰਾਉ ਫਰਾਉ ਸੀ ਅੱਛਾ ਮਾਸ਼ਾਅੱਲਾ ਖਾਨਦਾਨ ਬੰਦੇ ਸੀ ਮਾਰੇ ਮੋਟੇ ਦਾ ਨਹੀਂ ਸੀ ਅੱਛਾ ਜ਼ਮੀਨ ਭਾਂਡੇ ਵਾਲੇ ਸੀ ਮੰਨਦੇ ਸੀ ਲੋਕ ਇਹ ਜਿਹੜੀ ਤੁਹਾਡੀ ਸਹੇਲੀ ਸੀ ਬਚਪਨ ਦੀ ਸਿੱਖਾਂ ਦੀ ਬੀਬੀ ਕੀ ਨਾਂ ਬੀਬੀ ਦੱਸਿਆ ਬੀਬੀ ਉਹਨਾਂ ਮੁੜ ਕੇ ਨਹੀਂ ਰਾਬਤਾ ਹੋਇਆ ਨਹੀਂ ਮੁੜ ਕੇ ਨਹੀਂ ਹੋਇਆ ਕਿਹਦੀ ਧੀ ਸੀ ਇਹ ਹੈ ਧੀ ਕਿਹਦੀ ਸੀ ਇਹ ਧੀ ਕਿਹਦੀ ਸੀ ਹਾਂ ਧੀ ਉਹ ਸੀ ਮਾਂ ਦੇ ਨਾਂ ਸੀ ਹਰਕੁਰ ਅੱਛਾ ਤੇ ਪਿਓ ਦਾ ਨਾਂ ਸੀ ਕੀ ਅੱਗੇ ਤੁਹਾਨੂੰ ਦੱਸਿਆ ਗੁਰਮੁਖ ਅੱਛਾ ਉਹਨਾਂ ਦੀ ਬੇਟੀ ਸੀ ਅੱਛਾ ਅੱਛਾ ਤੁਹਾਡੀ ਬਾਬਤ ਸਹੇਲੀ ਬੜੀ ਖੇਡਦੀ ਹੈ ਸਹੇਲੀ ਨਾਲ ਖੇਡਦੀ ਸੀ ਅੱਛਾ ਨਾਲ ਤਾਂ ਉਹਨਾਂ ਦਾ ਘਰ ਆ ਸਾਡਾ ਐਡੀ ਛੋਟੀ ਛੋਟੀ ਕੰਧ ਸੀ ਸਾਨਾਂ ਚ ਵਿੱਚ ਅੱਛਾ ਅੱਛਾ ਹਾਂ ਅੱਛਾ ਕੀ ਉਦੋਂ ਸਹੇਲੀਆਂ ਜੀ ਉਦੋਂ ਦੀ ਗੱਲ ਸੁਣਾਓ ਤੁਹਾਡਾ ਆਉਣਾ ਜਾਣਾ ਸੀ ਜਦੋਂ ਈਦ ਆਉਂਦੀ ਸੀ ਤੁਹਾਡੀ ਹਾਂਜੀ ਉਹ ਤੁਹਾਨੂੰ ਆਉਂਦੀ ਸੀ ਕੋਈ ਤੋਹਫਾ ਦੇਣ ਜਾਂ ਤੁਸੀਂ ਸੇਵੀਆਂ ਦੇਣ ਜਾਂਦੇ ਸੀ ਉਹਦੇ ਘਰ ਨਹੀਂ ਬੇਟਾ ਅਸੀਂ ਨਹੀਂ ਕਦੇ ਉਹਨਾਂ ਦੇ ਘਰ ਗਏ ਸੋ ਸਿੱਖਾਂ ਦੇ ਉਹ ਤਾਂ ਆ ਜਾਂਦੀ ਸੀ ਉਹ ਆ ਜਾਂਦੇ ਸੀ ਕੁੜੀ ਖੇਡਣ ਸਾਡੇ ਨਾਲ ਅੱਛਾ ਅੱਛਾ ਤੇ ਬਾਕੀ ਰਿੱਧਾ ਪੱਕਾ ਜਿਹੜਾ ਸੀ ਨਾ ਉਹਨਾਂ ਨੂੰ ਦੇਖਦਾ ਸੀ ਉਹ ਖਾ ਲੈਂਦੇ ਸੀ ਅੱਛਾ ਉਹ ਖਾ ਲੈਂਦੇ ਸੀ ਤੇ ਇੰਨਾ ਕੁ ਮੈਨੂੰ ਬੇਟਾ ਅੱਛਾ ਮਾਂ ਜੀ ਆਪਣਾ ਪਿੰਡ ਯਾਦ ਆਉਂਦਾ ਅੱਜ ਉੱਥੋਂ ਮੁਦਕੀ ਜਿਹੜਾ ਪਿੰਡ ਵਾ ਹਾਂ ਬੜਾ ਯਾਦ ਆਉਂਦਾ ਪੁੱਤ ਜਿੰਨਾ ਕੁ ਵੇਖਿਆ ਉਹਨਾਂ ਕੁ ਅੱਖਾਂ ਕੇ ਰਹਿੰਦਾ ਬੱਚਿਆਂ ਨੂੰ ਦੱਸਦੇ ਰਹਿੰਦਾ ਵੀ ਇੰਜ ਸੀ ਇੰਜ ਸੀ ਖੇਤ ਜਾਣਾ ਜਿਵੇਂ ਬਾਹਰ ਅੰਦਰ ਜਾਣਾ ਆਉਣਾ ਇਸ ਤਰ੍ਹਾਂ ਜਿਹੜਾ ਮੱਲ ਸੀ ਉਹ ਤੁਹਾਡਾ ਉਹ ਬਾਬੇ ਖੀਵੇ ਖਾਨ ਦਾ ਮੱਲ ਮੇਰੇ ਬਾਪ ਦਾ ਚਾਚਾ ਸੀ ਸਕਾ ਚਾਚਾ ਬਾਬਾ ਕੀ ਵੇਖਾਂ ਉਹਨਾਂ ਵਕਤਾਂ ਚੋ ਥਾਣੇਦਾਰ ਸੀ ਤੇ ਓਹਨੇ ਫਿਰ ਮੱਲ ਬਣਾਏ ਸੀ ਆਪਦੇ ਬਹੁਤ ਹੀ ਵੱਡੇ ਜਣੇ
ਬਹੁਤ ਸੋਹਣੇ ਉਹਨਾਂ ਤਾਂ ਉਸਦੀਆਂ ਤਾਂ ਬੇਟਾ ਉਹਨਾਂ ਨੇ ਤਾਂ ਕਾਫੀ ਚੜੀਆਂ ਇੱਡੀ ਇੱਡੀਆਂ ਚੌੜੀਆਂ ਸੀ ਅਸੀਂ ਉੱਤੇ ਲੰਮੀਆਂ ਪਾਈ ਜਾਂਦੀਆਂ ਖੇਡਦੀਆਂ ਤਾਂ ਉਹ ਮਹਲ ਤੇ ਹਾਂ ਉਹ ਕਿੰਨੇ ਕਿੰਨਾ ਕੁ ਪੁਰਾਣਾ ਸੀਗਾ ਉਹ ਹੈ ਕਿੰਨਾ ਕੁ ਪੁਰਾਣਾ ਸੀ ਪੁਰਾਣਾ ਤਾਂ ਹੁਣ ਬਹੁਤ ਸੀ ਕੁਝ ਤਾਂ ਵਿੱਚ ਰਹਿੰਦੇ ਸੀ ਸਾਡੇ ਤਾਏ ਦੀ ਧੀ ਰਹਿੰਦੀ ਸੀ ਪਰ ਉਹ ਇੱਕ ਮਕਾਨ ਵਿੱਚ ਰਹਿੰਦੀ ਸੀ ਦੂਜੇ ਵਿੱਚ ਤੂੰ ਮਾਲ ਬਨ ਲਿਆ ਮੈਂ ਬਾਲੇ ਸਿਆਲ ਮਹੀਨੇ ਇਸ ਤਰ੍ਹਾਂ ਦੇ ਕਿ ਸੀ ਤੇ ਉਹ ਅਜੇ ਵੀ ਵਿਹਲੇ ਪਏ ਹੈ ਸਿੱਖਾਂ ਦਾ ਮੁੰਡਾ ਮੇਰੇ ਦੋਹਤੇ ਦਾ ਵਿਹਲੀ ਹੈ ਉਹ ਫੋਨ ਕਰਦਾ ਉਹ ਕਹਿੰਦਾ ਵੀ ਉਹਨਾਂ ਵਿੱਚ ਵੱਸਦਾ ਕੋਈ ਨਹੀਂ ਤਾਂ ਉਹ ਮਾਇਲ ਉਵੇਂ ਪਏ ਜੇ ਔਰ ਮਾਂ ਜੀ ਪਿੰਡ ਦੇਖਣ ਨੂੰ ਦਿਲ ਕਰਦਾ ਫਿਰ ਉਹ ਜਾਣ ਨੂੰ ਉੱਥੇ ਕਰਦਾ ਤਾਂ ਹੈਗਾ ਪੁੱਤ ਹੁਣ ਕਿਵੇਂ ਜਾਈਏ ਫਿਰ ਜਾ ਨਹੀਂ ਸਕਦੇ ਉਹਦੀ ਤੁਹਾਡੀ ਸਹੇਲੀ ਸੀ ਬਚਪਨ ਦੀ ਬੀਬੀ ਜਿਹਦਾ ਨਾਂ ਲੈਂਦੇ ਤੁਸੀਂ ਉਹਨੂੰ ਵੀ ਦਿਲ ਕਰਦਾ ਮਿਲਣ ਦਾ ਕਦੀ ਗੱਲ ਨਹੀਂ ਹੋਈ ਮੁੜ ਕੇ ਨਹੀਂ ਕੋਈ ਗੱਲ ਨਹੀਂ ਪੁੱਤ ਨਾ ਕੋਈ ਫੋਨ ਫਾਨ ਨਾ ਕੋਈ ਚਿੱਠੀ ਨਾ ਚੀਰਾ ਨਾ ਕੁਛ ਨਹੀਂ ਪਾਇਆ ਫਿਰ ਹਾਂ ਹਾਂ ਮਤਲਬ ਉਹ ਜਿਹੜੀ ਪਤਾ ਨਹੀਂ ਮਾਰ ਮੁਰ ਗਈਆਂ ਕਿ ਹੈਗੀਆਂ ਇਹ ਕੋਈ ਪਤਾ ਨਹੀਂ ਸਹੀ ਸਹੀ ਹਾਂ ਅੱਛਾ ਮਾਂ ਜੀ ਤੋਂ ਆਏ ਆ ਤੁਹਾਡਾ ਕੋਈ ਰਿਸ਼ਤੇਦਾਰ ਮਾਰਿਆ ਤਾਂ ਨਹੀਂ ਕਿ ਰਸਤੇ 'ਚ ਕੋਈ ਰਹਿ ਗਿਆ ਹੋਵੇ ਸਾਡੇ ਰਿਸ਼ਤੇਦਾਰ ਬਸ ਉਹ ਹੀ ਰਹੇ ਜਿਹੜੇ ਗੱਜਣ ਆਇਆ ਹੈ ਮੈਂ ਤੁਹਾਨੂੰ ਦੱਸਦੀ ਮੇਰੀ ਖਾਲਾ ਹਾਂ ਉਹ ਸਾਰੇ ਜੀ ਸਾਰਾ ਤਨ 12 ਕਵਾਂ ਦੇ ਕਾਫਲਾ ਸੀ ਉਹ 12 ਕਵਾਂ ਦਾ ਹੀ ਸ਼ਹੀਦ ਹੋ ਗਿਆ ਬਾਕੀ ਜਿਹੜੇ ਉਹਨਾਂ ਦੇ ਪਿੰਡ ਦੇ ਸੀ ਨਾ ਮੇਰੀ ਖਾਲਾਂ ਦੇ ਰਿਸ਼ਤੇਦਾਰ ਉਹ ਵੀ ਸਾਰੇ ਸ਼ਹੀਦ ਹੀ ਹੋ ਗਏ ਹਾਂ ਕੋਈ ਬੰਦਾ ਨਹੀਂ ਉੱਥੋਂ ਨਿਕਲਿਆ ਮੇਰੀ ਖਾਲਾਂ ਦੀ ਬੇਟੀ ਸੀ ਨਾ ਜਿਹੜੀ ਉਹਦੀ ਸ਼ਾਦੀ ਉਦੋਂ ਹੀ ਹੋਈ ਸੀ ਮਹੀਨਾ ਕੁ ਡੇਢ ਕੁ ਹੋ ਗਿਆ ਸੀ ਉਹ ਸਮਾਨ ਲੱਦਿਆ ਸੀ ਊਠਣੀ ਦੇ ਉੱਤੇ ਤੇ ਊਠਣੀ ਦੀ ਮਾਰ ਸੀ ਉਹਦੇ ਹੱਥ 'ਚ ਉਹ ਛੱਡਦੀ ਨਹੀਂ ਸੀ ਸਿੱਖ ਖੋਹਦੇ ਸੀ ਤੇ ਬੰਦੇ ਉਹਨਾਂ ਨੇ ਇੱਕ ਪਾਸੇ ਕਰ ਲਏ ਤੇ ਔਰਤਾਂ ਇੱਕ ਪਾਸੇ ਕਰਤੀਆਂ ਲੜਕੀਆਂ ਜਵਾਨ ਇੱਕ ਪਾਸੇ ਕਰਤੀਆਂ ਤੇ ਉਹ ਮਾਰ ਉਹਦੇ ਕੋਲ ਖੋਹਦਾ ਸੀ ਡਰ ਸੀ ਤੇ ਛੱਡਦੀ ਨਹੀਂ ਸੀ ਉਹ ਫਿਰ ਮੇਰਾ ਮਾਮਾ ਲੱਗਦਾ ਸੀ ਮੇਰੀ ਅੰਮੀ ਦਾ ਤਾਏ ਦਾ ਪੁੱਤਰ ਸੀ ਮਾਸੜ ਉਹ ਉੱਥੋਂ ਉੱਠਿਆ ਤੇ ਉਹਨੇ ਫਿਰ ਆਖਿਆ ਬੇਟਾ ਪੁੱਤ ਦੇ ਦੇ ਮੁਹਾਰ ਇਹਨਾਂ ਨੇ ਫੜਾ ਦੇ ਉਹਨੇ ਫੜਾ ਦਿੱਤੀ ਉਹ ਮੁੜ ਕੇ ਖਿੱਚ ਕੇ ਕੁੜੀਆਂ ਲੈ ਗਏ ਜੀਂਦਿਆਂ ਤਾਂ ਕੁੜੀਆਂ ਖਿੱਚਣ ਲੱਗ ਪਏ ਸੀ ਹਾਂ ਬੰਦਿਆਂ ਨੂੰ ਤਾਂ ਫਿਰ ਕਤਲ ਬਾਅਦ ਤੋਂ ਕਿਹਾ ਪਹਿਲਾਂ ਕੁੜੀਆਂ ਲੈ ਗਏ ਪਰ ਚੁਣਨੀਆਂ ਉਹਨਾਂ ਨੇ ਫੜਨੀਆਂ ਫਿਰ ਬੰਦਿਆਂ ਨੂੰ ਕਤਲ ਕਰਨ ਲੱਗ ਪਏ ਜਦੋਂ ਬਾਏ ਸੀ ਇੱਕ ਪਾਸੇ ਫਿਰ ਵਾੜ ਪਈ ਆਈ ਅਲੀ ਸ਼ੇਰ ਤੇ ਇੱਕ ਉਹਨਾਂ ਦੀ ਬਲਾਦਰੀ ਦਾ ਮੁੰਡਾ ਚਿਰਾਗ ਉਹਦਾ ਨਾਮ ਸੀ ਉਹ ਤੇ ਇੱਕ ਉਹਨਾਂ ਦਾ ਚਾਚਾ ਸੀ ਰਮਜ਼ਾਨ ਇਹ ਤਿੰਨ ਬੰਦੇ ਅੱਲਾ ਜਾਣੇ ਕਿਸ ਤਰ੍ਹਾਂ ਭੱਜੇ ਆ ਤੇ ਨਾ ਇਹ ਫਸਲ ਸੀ ਖਰ ਕਪਾਹ ਸੀ ਕਿ ਕਮਾਸ ਸੀ ਉਹਦੇ ਵਿੱਚ ਵੜ ਗਏ ਉਹਦੋਂ ਵੜਾਂਗਾ ਪਿਆ ਸੀ ਉਹਨਾਂ ਸਿੱਖਾਂ ਨੂੰ ਵੀ ਅੱਲਾ ਜਾਣੇ ਨਾ ਪਤਾ ਲੱਗੂ ਉਹ ਤਿੰਨ ਬੰਦੇ ਨਿਕਲੇ ਸੀ ਬਾਕੀ ਸਾਰੇ ਮਾਰੇ ਗਏ ਤੇ ਜਾਂ ਬੁੜੀਆਂ ਸੀ ਬਸ ਰਹਿ ਗਈਆਂ ਔਰ ਕਿੰਨੇ ਕ ਬੰਦੇ ਮਾਰੇ ਗਏ ਉੱਥੇ ਉਹਨਾਂ ਦੇ ਵਾਵਾ ਬਲਾਦਰੀ ਦੇ ਕੋਈ ਹੈਗਾ ਸੀ 20-35 ਬੰਦੇ ਜਿਹੜੇ ਮਾਰੇ ਗਏ ਹਾਂ ਬਾਕੀ ਹੋਰ ਕਾਫਲਾ ਸਾਰਾ ਮਾਰੇ ਗਿਆ ਹਾਂ ਬਾਕੀ ਦੂਜਾ ਕਾਫਲਾ ਸਾਰਾ ਮਾਰੇ ਗਿਆ 12 ਕੁਆਂ ਚ ਸੀ ਆਂਦੇ ਅੱਛਾ 12 ਕੁਆਂ ਚ ਕਾਫਲਾ ਜਿਹੜਾ ਸਾਰਾ ਮਾਰੇ ਗਿਆ ਸਾਰਾ ਮਾਰੇ ਗਿਆ ਸੀ ਕੋਈ ਬੰਦਾ ਨਹੀਂ ਉੱਥੋਂ ਨਿਕਲਿਆ ਹੋਇਆ ਇਹਨਾਂ ਦੇ ਅੰਦਰ ਰਹੀਆਂ ਚੂੜਾ ਸੀ ਇੱਕ ਹਾਂ ਮੇਵਾ ਸੀ ਉਹਦਾ ਨਾਂ ਤੇ ਉਹ ਬੇਲੀ ਸੀ ਇਹਨਾਂ ਦਾ ਮੇਰੇ ਮਾਸਟਰ ਦਾ ਅੱਛਾ ਉਹਨੇ ਆਪਦੇ ਘਰ ਰੱਖਿਆ 3 ਦਿਨ ਉਹਨਾਂ ਨੇ 4 ਦਿਨ ਉਹਨਾਂ ਨੇ ਆਖਿਆ ਜਦੋਂ ਜਰਾ ਕੇ ਕੁਛ ਮਾੜਾ ਜਿਹਾ ਠੰਡਾ ਪਏ ਫਿਰ ਤੁਹਾਨੂੰ ਘਰ ਛੱਡਾਂਗੇ ਰਾਤ ਨੂੰ ਤੁਹਾਨੂੰ ਆ ਪੈਣ ਦੇਣ ਪੈ ਜਾਣ ਉਹ ਫਿਰ ਉਹਨਾਂ ਨੇ ਕਰ ਰਹੀਆਂ ਉਹ ਉੱਥੋਂ ਫਿਰ ਮੁੜ ਕੇ ਘਰੇ ਆਈਆਂ ਫਿਰ ਸਿੱਖਣੀਆਂ ਜਿਹੜੀਆਂ ਸੀ ਨਾ ਸੁਬਹਾ ਜਾਂਦੀਆਂ ਸੀ ਸ਼ਾਮ ਨੂੰ ਆਈਆਂ ਸੀ ਤੇ ਸਿਆਪੇ ਸੁਪੇ ਜਿਵੇਂ ਸਿੱਖਾਂ ਦੇ ਰਿਵਾਜ਼ ਸੀ ਉਵੇਂ ਪਿੜਦੀਆਂ ਖੋਲਦੀਆਂ ਸੀ ਰੋਂਦੀਆਂ ਫਿਰ ਉਸ ਤੋਂ ਕੋਈ 2-3 ਮਹੀਨੇ ਬਾਅਦ ਫਿਰ ਉਹ ਉਹਨਾਂ ਨੂੰ ਮਿਲਤੀ ਜਿਹੜੇ ਤਿੰਨ ਬੰਦੇ ਬੱਚੇ ਸੀ ਉਹ ਜੀਦੇ ਉਹਨਾਂ ਚ ਹੈਗਾ ਕਿਉਂਕਿ ਨਹੀਂ ਉਹ ਫੌਤ ਹੋ ਗਏ ਹੁਣ ਤਿੰਨੇ ਹੀ ਕਿੱਥੇ ਬੈਠੇ ਸੀ ਆ ਗਏ ਉਹ ਬੈਠੇ ਸੀ ਇਧਰ ਪਾਲਕਿਆਂ ਦੇ ਕੋਲ ਆ ਪਿੰਡ ਕੇ ਬਾਮਾ ਕੇ ਕੀ ਵੱਜਦਾ ਉੱਥੇ ਦੁੱਖ ਬਹੁਤ ਇਹੋ ਹੀ ਸੀ ਮੁੜ ਕੇ ਇਧਰ ਆ ਕੇ ਬਾਪ ਫੌਤ ਹੋ ਗਿਆ ਛੋਟੇ ਛੋਟੇ ਸੌਂਸੀ ਅਜੇ ਬਾਪ ਫੌਤ ਹੋ ਗਿਆ ਫਿਰ ਮੇਰੀ ਅੰਮੀ ਮਸ਼ੀਨ ਸੀਂਦੀ ਸੀ ਕੱਪੜੇ ਉਹਨੇ ਫਿਰ ਸਾਨੂੰ ਪਾਲਿਆ ਸਾਂਭਿਆ ਫਿਰ ਸ਼ਾਦੀਆਂ ਕੀਤੀਆਂ 2 ਭੈਣਾਂ 1 ਭਰਾ ਸੀ ਸਾਡਾ ਚਲੋ ਠੀਕ ਮਾਂ ਜੀ ਲਓ ਦੋਸਤੋ ਅਸੀਂ ਸੁਣਨੀ ਸੀ ਕਹਾਣੀ ਮਾਂ ਜੀ ਬਸ਼ੀਰਾ ਬੀਬੀ ਦੇ ਕੋਲੋਂ 47 ਦੀ ਵੰਡ ਦੀ ਔਰ ਅਸੀਂ ਤੁਹਾਡੇ ਤੱਕ ਪਹੁੰਚਾਈ ਕਹਾਣੀ ਕਿ ਪਾਕਿਸਤਾਨ ਕਿਵੇਂ ਬਣਿਆ ਇਹਨਾਂ ਬਜ਼ੁਰਗਾਂ ਦੇ ਦੁੱਖ ਦਰਦ ਕੀ ਸੀ ਜਦੋਂ ਵੰਡ ਹੋਈ ਇਹਨਾਂ ਲੋਕਾਂ ਨੇ ਕਿਹੜੀ ਕਿਹੜੀ ਪੀੜ ਆਪਣੇ ਸੀਨੇ 'ਤੇ ਹੰਡਾਈ ਇਹ ਸਾਰੀ ਗੱਲਬਾਤ ਅਸੀਂ ਤੁਹਾਡੇ ਰੂਬਰੂ ਪੇਸ਼ ਕੀਤੀ ਇਹਨਾਂ ਬਜ਼ੁਰਗਾਂ ਦੀ ਕਦਰ ਕਰੋ ਜਿਨ੍ਹਾਂ ਨੇ ਪਾਕਿਸਤਾਨ ਬਣਾਇਆ ਔਰ ਇਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਇਹ ਜਿਹੜਾ ਖਿੱਤਾ ਬਣਿਆ ਬੜੀ ਮੁਸ਼ਕਲ ਨਾਲ ਇਹਨੂੰ ਹਾਸਲ ਕੀਤਾ ਗਿਆ ਇਹਨਾਂ ਬਜ਼ੁਰਗਾਂ ਦੀ ਵੀ ਕਦਰ ਕਰੋ ਔਰ ਇਸ ਦੇ ਨਾਲ ਇਸ ਪਾਕਿਸਤਾਨ ਦੀ ਵੀ ਕਦਰ ਕਰੋ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਇਸੇ ਸੁਨੇਹੇ ਦੇ ਨਾਲ ਆਪਣੇ ਵੀਰ ਯਾਸਰ ਮਲਕ ਨੂੰ ਇਜਾਜ਼ਤ ਦਿਓ ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਬਜ਼ੁਰਗਾਂ ਦੇ ਨਾਲ ਦੁਆਵਾਂ 'ਚ ਯਾਦ ਰੱਖਿਓ
ਜਿਉਂਦੇ ਵਾਸਤੇ ਰੋਜ਼ ਰੱਬ ਰੱਖਾ ਜੀ।